ਦੇਰ ਰਾਤ ਲੁਧਿਆਣਾ ਦੇ ਚੌੜਾ ਬਾਜ਼ਾਰ ਦੇ ਵਿੱਚ ਮੈਂ ਮੌਜੂਦ ਹਾਂ, ਇਸ ਲਈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਤਸਵੀਰਾਂ ਦਿਖਾਉਣਾ ਚਾਹੂੰਗਾ। ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਇਲਾਹਾਬਾਦ ਬੈਂਕ ਹੈਗਾ, ਤੁਸੀਂ ਦੇਖ ਸਕਦੇ ਹੋ। ਇਸ ਬੈਂਕ ਦੇ ਵਿੱਚੋਂ ਇੱਕ ਸਾਇਰਨ ਦੀ ਆਵਾਜ਼ ਆ ਰਹੀ ਹੈ, ਤੁਸੀਂ ਸੁਣ ਸਕਦੇ ਹੋ ਕਿ ਇਸ ਵੇਲੇ ਸਾਇਰਨ ਵੱਜ ਰਿਹਾ ਵੈ ਔਰ ਮੌਕੇ 'ਤੇ ਅਸੀਂ ਮੌਜੂਦ ਹੈ। ਦੇਰ ਰਾਤ ਦਾ ਵਾਕਿਆ ਵੈ ਔਰ ਅਸੀਂ ਇੱਥੋਂ ਗੁਜ਼ਰ ਰਹੇ ਸੀ ਜਿਸ ਵੇਲੇ ਇਸ ਸਾਇਰਨ ਨੂੰ ਅਸੀਂ ਸੁਣਿਆ। ਔਰ ਇਲਾਹਾਬਾਦ ਬੈਂਕ ਤੁਸੀਂ ਦੇਖ ਸਕਦੇ ਹੋ, ਚੌੜਾ ਬਾਜ਼ਾਰ ਲੁਧਿਆਣਾ, ਇਲਾਹਾਬਾਦ ਬੈਂਕ ਜਿਹੜਾ ਜਿਸਦਾ ਨਾਮ ਚੇਂਜ ਹੋ ਕੇ ਇੰਡੀਅਨ ਬੈਂਕ ਹੋ ਚੁੱਕਾ ਵੈ, ਇੰਡੀਅਨ ਬੈਂਕ। ਔਰ ਉਸ ਬੈਂਕ ਦੇ ਬਾਹਰ ਅਸੀਂ ਮੌਜੂਦ ਹੈ ਔਰ ਇਸ ਬੈਂਕ ਦੇ ਵਿੱਚ ਇਸ ਵੇਲੇ ਸਾਇਰਨ ਵੱਜ ਰਿਹਾ ਵੈ ਔਰ ਪੀ ਸੀ ਆਰ ਗਸ਼ਤ ਜਿਹੜੀ ਸੀਗੀ ਉਹ ਇੱਥੋਂ ਗੁਜ਼ਰਦੀ ਹੈ ਔਰ ਕਿਸੇ ਵੀ ਤਰੀਕੇ ਦਾ ਉਹ ਸਾਇਰਨ ਨੂੰ ਸੁਣ ਕੇ ਵੀ ਅਣਸੁਣਾ ਕਰ ਜਾਂਦੀ ਹੈ। ਔਰ ਲਗਾਤਾਰ ਇਸ ਚੀਜ਼ ਦੇ ਵਿੱਚ ਸਵਾਲ ਖੜ੍ਹੇ ਹੁੰਦੇ ਨੇ ਕਿ ਦੇਰ ਰਾਤ ਅਗਰ ਕਿਸੇ ਬੈਂਕ ਦੇ ਵਿੱਚ ਸਾਇਰਨ ਵੱਜ ਰਿਹਾ ਹੈ ਤਾਂ ਉਸ ਦੇ ਉੱਤੇ ਕਈ ਜਿਹੜੇ ਸਵਾਲ ਨੇ ਉਹ ਖੜ੍ਹੇ ਹੁੰਦੇ ਨੇ ਕਿ ਇਸ ਵੇਲੇ ਕਿ ਇਸ ਬੈਂਕ ਦੇ ਵਿੱਚ ਕਿਸੇ ਘਟਨਾ ਨੂੰ ਜਾਂ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਚੀਜ਼ ਨੂੰ ਲੈ ਕੇ ਤੁਸੀਂ ਸੁਣ ਸਕਦੇ ਹੋ। ਤੁਸੀਂ ਦੇਖ ਸਕਦੇ ਹੋ ਔਰ ਇੱਥੇ ਦੇ ਜਿਹੜੇ ਸਥਾਨੀ ਲੋਕ ਹੈਗੇ ਨੇ ਉਹ ਇੱਥੇ ਪਹੁੰਚੇ ਨੇ, ਉਹਨਾਂ ਨਾਲ ਅਸੀਂ ਗੱਲ ਕਰ ਲੈਂਦੇ। ਸਰ, ਤੁਸੀਂ ਇੱਥੇ ਪਹੁੰਚੇ ਹੋ, ਤੁਸੀਂ ਕੁਛ ਕੀ ਸੁਣ ਰਹੇ ਹੋ? ਸਰ, ਆਵਾਜ਼ ਸੁਣ ਕੇ ਰੁਕੇ ਹਾਂ, ਆਵਾਜ਼ ਬਹੁਤ ਜ਼ਿਆਦਾ ਆ ਰਹੀ ਹੈ, ਰਸ਼ ਲੱਗਾ ਹੋਇਆ ਵੈ, ਮਤਲਬ ਬੈਂਕ ਦੇ ਅੰਦਰੋਂ ਸਾਇਰਨ ਦੀ ਆਵਾਜ਼ ਆ ਰਹੀ ਹੈ ਜੀ, ਅਤੇ ਅਸੀਂ ਕਹਿੰਦੇ ਹਾਂ ਕੋਈ ਕਿਸੇ ਦਾ ਨੁਕਸਾਨ ਨਾ ਹੋਵੇ ਅਤੇ ਫਟਾਫਟ 100 ਨੰਬਰ ਦੇ ਆਉਣਾ। ਬੈਂਕ ਹੈ ਸਰ? ਇਲਾਹਾਬਾਦ ਬੈਂਕ ਹੈ ਸਰ ਜੀ। ਅਤੇ ਸਰ, ਕੀ ਕਹਿਣਾ ਚਾਹੋਗੇ ਤੁਸੀਂ? ਸਰ, ਅਸੀਂ ਤਾਂ ਗੱਡੀ ਬਿਲਕੁਲ ਸਲੋਅ ਆ ਰਹੇ ਸੀ, ਪਿੰਡ ਪਰੌਂਠੇ ਵਾਲੇ ਕੋਲ ਜਾ ਰਹੇ ਸੀਗੇ, ਪਰ ਜਦੋਂ ਸਾਇਰਨ ਦੀ ਆਵਾਜ਼ ਸੁਣੀ ਹੈ ਅਤੇ ਚੌੜੇ ਬਾਜ਼ਾਰ ਦਾ ਮਸ਼ਹੂਰ ਇਲਾਹਾਬਾਦ ਬੈਂਕ ਹੈ ਜਿਹਦੇ ਵਿੱਚ ਕੋਈ ਨੁਕਸਾਨ, ਜਾਨੀ ਨੁਕਸਾਨ ਵੀ ਹੋ ਸਕਦਾ ਜਾਂ ਕੋਈ ਅੱਗ ਦਾ ਜਾਂ ਕੋਈ ਸਾਇਰਨ ਵੱਜ ਰਿਹਾ, ਇੱਥੇ ਉਹਨਾਂ ਨੂੰ ਪਹੁੰਚਣਾ ਚਾਹੀਦਾ ਮੌਕੇ 'ਤੇ, ਫਾਇਰ ਬ੍ਰਿਗੇਡ ਵੀ ਔਰ ਪੁਲਿਸ ਨੂੰ ਵੀ ਪਹੁੰਚਣਾ ਚਾਹੀਦਾ ਜੀ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਸਥਾਨੀ ਲੋਕ ਜਿਹੜੇ ਨੇ ਉਹ ਰੁਕਣਾ ਸ਼ੁਰੂ ਹੋ ਚੁੱਕੇ ਨੇ, ਪਰ ਲਗਾਤਾਰ ਸਾਇਰਨ ਵੱਜ ਰਿਹਾ ਵੈ, ਇਲਾਹਾਬਾਦ ਬੈਂਕ ਦੇ ਵਿੱਚ ਸਾਇਰਨ ਵੱਜ ਰਿਹਾ ਵਾ ਔਰ ਇੱਥੇ ਤੱਕ ਕਿਸੇ ਵੀ ਤਰੀਕੇ ਦੀ ਕੋਈ ਵੀ ਮਦਦ ਨਹੀਂ ਪਹੁੰਚ ਪਾ ਰਹੀ ਹੈ। ਕਿ ਇਸ ਬੈਂਕ ਦੇ ਅੰਦਰ ਕੋਈ ਚੋਰੀ ਹੋ ਰਹੀ ਹੈ, ਕਿ ਇਸ ਬੈਂਕ ਦੇ ਅੰਦਰ ਕੋਈ ਅੱਗ ਲੱਗੀ ਹੈ, ਇਹ ਸਵਾਲ ਜਿਹੜੇ ਨੇ ਤਮਾਮ ਜਿਹੜੇ ਨੇ ਇੱਥੇ ਖੜ੍ਹੇ ਹੁੰਦੇ ਨੇ, ਪਰ ਕਿਸੇ ਤਰੀਕੇ ਦੀ ਕੋਈ ਵੀ ਮਦਦ ਜਿਹੜੀ ਹੈ ਇੱਥੇ ਨਹੀਂ ਪਹੁੰਚ ਪਾ ਰਹੀ ਹੈ। PCR ਦਸਤ ਜਿਹੜਾ ਹੁੰਦਾ ਵੈ ਉਹ ਇੱਥੋਂ ਨਿਕਲਦਾ ਵੈ, ਪਰ ਕਿਸੇ ਤਰੀਕੇ ਦਾ ਉਹ ਇਸ ਸਾਇਰਨ ਨੂੰ ਨਹੀਂ ਸੁਣਦਾ ਵੈ। ਬਾਹਰ ਮੇਨ ਪੌੜੀਆਂ ਦੇ ਉੱਤੇ ਜਿਹੜਾ ਵਾ ਗੇਟ ਹੈਗਾ ਵਾ, ਉਸ ਨੂੰ ਤਾਲੇ ਲੱਗੇ ਹੋਏ ਨੇ, ਪਰ ਕੋਈ ਵੀ ਗਸ਼ਤ ਜਿਹੜੀ ਹੈ, ਕੋਈ ਵੀ ਪੁਲਿਸ ਜਾਂ ਸਹਾਇਤਾ ਇੱਥੇ ਨਹੀਂ ਪਹੁੰਚ ਰਹੀ ਹੈ। ਲੁਧਿਆਣਾ ਤੋਂ ਰੋਹਿਤ ਗੌੜ, ਨਿਊਜ਼ 18। ਨਹੀਂ ਜੀ, ਇਹਦੇ ਮੋਹਰੇ ਨਾ ਕਈ ਵਾਰ ਕੋਈ ਚੂਹਾ ਵਗੈਰਾ ਜਾਂ ਉਸ ਤਰ੍ਹਾਂ ਦਾ ਕੋਈ ਆ ਜਾਂਦਾ, ਸੈਂਸਰ ਦੇ ਮੋਹਰੇ ਫਿਰ ਵੀ ਬਚਣ ਲੱਗ ਜਾਂਦਾ ਹੁੰਦਾ। ਨਹੀਂ ਆਪਾਂ, ਨਹੀਂ ਉਹ ਤਾਂ ਆਪਾਂ ਚੈੱਕ ਕਰਾਂਗੇ, ਉਹ ਤਾਂ ਆਪਾਂ ਚੈੱਕ ਹੋ ਗਿਆ, ਆਪਾਂ ਚੈੱਕ ਕਰ ਲੈਂਦੇ ਹਾਂ, ਆਪਾਂ ਡਿਊਟੀ ਅਫਸਰ ਨੂੰ ਬੁਲਾ ਲੈਂਦੇ ਹਾਂ। ਜਿਹੜਾ ਬੈਂਕ ਹੈ ਸਰ, ਕਿਹੜੀ ਜਗ੍ਹਾ ਦਾ? ਇਹ ਇਲਾਹਾਬਾਦ ਬੈਂਕ ਆ, ਡਿਵੀਜ਼ਨ ਨੰਬਰ 4 ਦਾ ਏਰੀਆ, ਇੱਧਰ ਆਪਣੇ ਕੋਤਵਾਲੀ ਦਾ, ਇਹ 4 ਦਾ। ਠੀਕ ਹੈ ਜੀ, ਹਾਂਜੀ। ਅਤੇ ਕੀ ਹੋਇਆ ਵਾ ਇੱਥੇ? ਇਹ ਤਾਂ ਆਪਾਂ ਚੈੱਕ ਕਰ ਲੈਂਦੇ ਹਾਂ, ਹੁਣ ਚੈੱਕ ਕਰਦੇ ਪਤਾ ਲੱਗੂ ਨਾ ਕਿਸ ਚੀਜ਼ ਦਾ ਸਾਇਰਨ ਵੱਜ ਰਿਹਾ। ਸਾਇਰਨ ਤਾਂ ਬੈਂਕ ਦੇ ਵਿੱਚ ਹੀ ਲੱਗਿਆ ਹੁੰਦਾ। ਅੱਛਾ ਜੀ, ਬੈਂਕ ਦੇ ਵਿੱਚ ਸਰ ਕਿਉਂ ਰਿਹਾ, ਕਿਉਂ ਵੱਜ ਰਿਹਾ? ਇਹ ਤਾਂ ਹੁਣ ਕੋਈ ਜਾਂ ਤਕਨੀਕੀ ਸਾਇਰਨ ਹੋਈ ਹੋਵੇ ਤਾਂ ਭੇਜਣਾ, ਕੋਈ ਤਕਨੀਕੀ ਖਰਾਬੀ ਵੀ ਹੋ ਸਕਦੀ ਆ, ਹੋਟਲ ਵਿੱਚ ਤਾਂ ਕਈ ਵਾਰ ਤਾਰ ਜੁੜ ਜਾਂਦੀ ਆ ਜਾਂ ਕਈ ਵਾਰ ਇਸ ਤਰ੍ਹਾਂ ਵੱਜ ਜਾਂਦਾ ਹੈ, ਹੋਰ ਕੋਈ ਬਾਕੀ ਆਪਾਂ ਚੈੱਕ ਕਰ ਲੈਂਦੇ ਹਾਂ। ਨਹੀਂ, ਤੁਹਾਨੂੰ ਲੱਗਦਾ ਨਹੀਂ ਕਿ ਇਹਦੇ ਅੰਦਰ ਕੋਈ ਚੋਰੀ ਵੀ ਹੋ ਸਕਦੀ? ਨਹੀਂ, ਉਹਦਾ ਕੁਛ ਤਾਂ ਦੇਖੇ ਤਾਂ ਪਤਾ ਲੱਗੂ, ਹੁਣ ਕੁਛ ਵੀ ਹੋ ਸਕਦਾ। ਇਤਲਾਹ ਕੀਤੀ ਕਿਸੇ ਨੂੰ ਆਪਣੇ ਆਲਾ ਅਧਿਕਾਰੀਆਂ ਨੂੰ? ਨਹੀਂ, ਸਾਨੂੰ ਹੁਣ ਕਾਲ ਆਈ ਆ, ਸਾਨੂੰ ਐਡੀਸ਼ਨਲ ਅਸਿਸਟੈਂਟ ਸਾਹਿਬ ਸਾਡੇ ਦਾ ਫੋਨ ਆਇਆ ਸੀ, ਅਸੀਂ ਹੁਣ ਦੇਖ ਕੇ ਉਹਨਾਂ ਨੂੰ ਬੁਲਾਉਂਦੇ ਹਾਂ ਇੱਥੇ। ਠੀਕ ਹੈ ਜੀ, ਹਾਂਜੀ। ਅਤੇ ਆਹ ਬੈਂਕ ਕਿੱਥੇ ਹੈਗਾ ਵਾ? ਇਹ ਆਪਣੇ ਚੌੜੇ ਬਾਜ਼ਾਰ ਵਾਲੇ ਮੇਨ ਰੋਡ 'ਤੇ ਹੀ ਹੈ, ਚੌੜੇ ਬਾਜ਼ਾਰ ਤੋਂ।
ਜਿਹੜੀ ਇਹ ਬੈਂਕ ਚੋਲੇ ਬਾਜ਼ਾਰ ਆ, ਚੋਲਾ ਬਾਜ਼ਾਰ ਹੀ ਵੱਜਦਾ ਸਾਰਾ ਉਹ ਸਿਰੇ ਤੱਕ। ਤੁਹਾਡਾ ਪੀ ਸੀ ਆਰ ਦੱਸਤਾ ਜੀ? ਹਾਂਜੀ, ਸਾਡਾ ਪੀ ਸੀ ਆਰ ਇੱਕ ਨੰਬਰ ਆ ਸਾਡਾ ਕਤਵਾਲੀ ਦਾ, ਇਸੇ ਪਰਮਜੀਤ ਸਿੰਘ। ਹਾਂਜੀ, ਸਾਡਾ ਕਤਵਾਲੀ ਦਾ ਏਰੀਆ।